ਕਰ ਦਿੱਤੇ ਆ, ਜਦਕਿ ਤੁਹਾਡੇ ਕਹਿਣ ਦੇ ਮੁਤਾਬਕ ਪੀਡੀਏ ਦੀ ਮੀਟਿੰਗ ਜਿਹੜੀ ਆ ਉਹ ਹੋਣੀ ਅਜੇ ਬਾਕੀ ਹੈ। ਮੈਂ ਪਿਛਲੇ ਬਹੁਤ ਦਿਨਾਂ ਤੋਂ ਜਦੋਂ ਬਾਈ ਇਲੈਕਸ਼ਨ ਦਾ ਅਨਾਊਂਸਮੈਂਟ ਨਹੀਂ ਸੀ ਉਹਨਾਂ ਉਦੋਂ ਕਿਹਾ ਵੀ ਕਰਮ ਭੂਮੀ ਸਾਡੀ ਫਗਵਾੜਾ ਵੀ ਅਤੇ ਦਾਖਾ ਵੀ, ਇਹ ਦੋ ਹਲਕੇ ਲੜਨੇ ਆ, ਰਹਿ ਗਏ ਦੋ ਹਲਕੇ। ਪੀਡੀਏ ਦੀ ਮੀਟਿੰਗ 4 ਵਜੇ ਚੰਡੀਗੜ੍ਹ ਆ, ਮੈਂ ਆਲਰੇਡੀ ਲੇਟ ਹਾਂ। ਉਹਦੇ ਵਿੱਚ ਆਮ ਸਹਿਮਤੀ ਜ਼ਰੂਰ ਬਣਾਈ ਜਾ ਸਕਦੀ, ਜੇ ਕਿਸੇ ਪਾਰਟੀ ਪੀਡੀਏ ਵਿੱਚ ਸ਼ਾਮਲ ਨਹੀਂ, ਕਿਸੇ ਦੂਸਰੀ ਧਿਰ ਦਾ ਕੋਈ ਜਨ ਆਧਾਰ ਹੋਵੇ ਇਹਨਾਂ ਹਲਕਿਆਂ ਦੇ ਵਿੱਚ, ਫਿਰ ਅਸੀਂ ਛੱਡਣ ਨੂੰ ਵੀ ਤਿਆਰ ਹੈਗੇ ਹਾਂ। ਪਰ ਬਿਨੇਬਿਲਟੀ, ਪਕੜ, ਲੋਕਾਂ ਦੀ ਸਪੋਰਟ, ਵੋਟਰ ਦਾ ਰੁਝਾਨ, ਇਹ ਸਾਰਾ ਕੁਝ ਦੇਖਦੇ ਹੋਏ ਫੈਸਲਾ ਕੀਤਾ ਗਿਆ। ਮੇਰੀ ਗੱਲ ਤਾਂ ਇਸ ਫੰਡੇ ਦੇ ਨਾਲ, ਇਸ ਫਾਰਮੂਲੇ ਦੇ ਨਾਲ ਉਹ ਵੀ ਸਹਿਮਤ ਹੈਗੇ ਆ ਇੱਦਾਂ ਦੀ ਗੱਲ। ਅਤੇ ਜਰਨੈਲ ਨੰਗਲ ਹੋਰਾਂ ਨੇ ਪਿਛਲੀ ਵਾਰ ਵੀ ਲਗਭਗ ਇਸ ਵਾਰ ਵੀ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲਗਾਈ ਜਾ ਰਹੀ ਹੈ। 4 ਵਜੇ ਤੋਂ ਬਾਅਦ ਸਾਰਾ ਕੁਛ ਜਿਹੜਾ ਅਸੀਂ ਕਲੀਅਰ ਕਰ ਦੇਣਾ, ਹੋ ਸਕਦਾ ਮੈਂ ਉੱਥੇ ਹੀ ਪ੍ਰੈਸ ਨੂੰ ਸਾਰਾ ਕੁਛ, ਮੀਟਿੰਗ ਤੋਂ ਬਾਅਦ ਸਾਰਿਆਂ ਦੇ ਜਿੰਨੇ ਧਿਰਾਂ ਹੈਗੀਆਂ ਪੀ ਡੀ 'ਚ ਉਹਨਾਂ ਦੀ ਸਹਿਮਤੀ ਦੇ ਨਾਲ ਅਨਾਊਂਸਮੈਂਟ ਕਰ। ਅਤੇ ਕਾਂਗਰਸ ਵੱਲੋਂ ਜਿਹੜੇ 4 ਉਮੀਦਵਾਰ ਐਲਾਨੇ ਗਏ ਉਹਨਾਂ ਦੇ ਵਿੱਚੋਂ ਤਕਰੀਬਨ 3 ਸੀਟਾਂ ਦੇ ਉੱਤੇ ਵਿਵਾਦ ਹੋਣੇ ਸ਼ੁਰੂ ਹੋ ਗਏ, ਬਗਾਵਤ ਹੋਣੀ ਸ਼ੁਰੂ ਹੋ ਗਈ ਹੈ। ਯਾਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਟੇਟਮੈਂਟ ਆ ਜਿਹੜੀ ਜੀ ਬਾਦਲਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਅਕਤੀ ਕਾਂਡ ਦੇ ਵਿੱਚ ਉਹ ਕਲੀਨ ਚਿੱਟ ਦੇਣ ਵਾਲੀ, ਯੂ ਟਰਨ ਵੀ ਲੈ ਲਿਆ ਸੀ ਉਹਨਾਂ ਨੇ ਹਾਲਾਂਕਿ। ਨਹੀਂ ਨਹੀਂ ਜੀ, ਯੂ ਟਰਨ ਇੱਕ ਵਾਰੀ ਮੈਸੇਜ ਦੇ ਤਾ ਨਾ ਉਹਨਾਂ ਨੇ, ਕੋਈ ਜਿਹੜਾ ਉਹਨਾਂ ਦਾ ਸਟੇਟਮੈਂਟ ਆ ਉਹ ਬਾਦਲਾਂ ਦੇ ਨਾਲ ਮੀਟਿੰਗ ਦੇ ਵਿੱਚ, ਸੰਧੀ ਵਾਲੀ ਮੀਟਿੰਗ ਦੇ ਵਿੱਚ ਇੱਕ ਪਾਰਟ ਹੈਗਾ, ਸ਼ਰਤ ਹੈਗੀ ਜੀ। ਜਦੋਂ ਕਾਂਗਰਸ ਦੇ ਅੰਦਰੋਂ ਵਿਰੋਧ ਹੋਇਆ ਫਿਰ ਉਹ ਪਲਟਣੇ ਸ਼ੁਰੂ ਹੋ ਗਏ। ਇੱਕ ਮੈਸੇਜ ਦੇ ਤਾ ਜਲਾਲਾਬਾਦ ਦੇ ਵਿੱਚ ਕੈਂਡੀਡੇਟ ਕੌਣ ਦਿੱਤਾ, ਸੰਧੀ ਦਾ ਪਾਰਟ ਹੈਗਾ। ਫਗਵਾੜੇ ਦੇ ਵਿੱਚ ਕਾਂਗਰਸ ਨੇ ਕੈਂਡੀਡੇਟ ਕੌਣ ਦਿੱਤਾ, ਪਾਰਟ ਆਫ ਸੰਧੀ ਕੰਪਰੋਮਾਈਜ਼। ਲੋਕ ਸਮਝ ਗਏ ਆ, ਲੋਕਾਂ ਦੀ ਸਮਝ ਦੇ ਵਿੱਚ ਆ ਚੁੱਕਿਆ 3 ਸਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੀ ਬਾਦਲਾਂ ਦੇ ਬਰਖਿਲਾਫ ਕੋਈ ਐਕਸ਼ਨ ਨਾ ਲੈਣਾ, ਜਿਹੜੀਆਂ ਗੱਲਾਂ 2017 'ਚ ਅਸੀਂ ਲੋਕਾਂ ਨੂੰ ਕਹਿੰਦੇ ਸੀ, ਲੋਕ ਸਾਨੂੰ ਕਹਿੰਦੇ। ਤੁਹਾਡਾ ਇਸ਼ਾਰਾ ਇਸ ਗੱਲ ਵੱਲ ਹੈ ਕਿ ਹੋ ਸਕਦਾ 2-2 ਸੀਟਾਂ ਵੰਡ ਲਈਆਂ ਹੁਣ 4 ਦੇ ਵਿੱਚੋਂ? ਨੋ ਡਾਊਟ, ਸੰਧੀ ਇਹਨੂੰ ਕਹਿੰਦੇ ਆ। ਦੇਖੇ ਤੂੰ ਮੈਨੂੰ ਵੋਟਾਂ ਪਵਾਈ ਤਾਂ ਉੱਥੇ ਮੈਂ ਤੈਨੂੰ ਪਵਾਊਂਗਾ, ਇਹ ਸੰਧੀ ਰਲੇਵਾਂ ਕਿ ਪੰਜਾਬ ਦੇ ਅੰਦਰ ਕੋਈ ਤੀਸਰੀ ਧਿਰ ਸਿਰ ਨਾ ਚੱਕ ਸਕੇ, ਇਹ ਸਟ੍ਰੈਟਜੀ ਆ ਅਸਲ ਇਹਨਾਂ ਦੀ, ਸਿੱਟਾ ਸਟ੍ਰੈਟਜੀ। ਇੱਕ ਤੁਸੀਂ ਦਾਖਾ ਹਲਕੇ ਤੋਂ ਜਿਹੜਾ ਉਮੀਦਵਾਰ ਕਾਂਗਰਸ ਦਾ ਹੈਗਾ ਕੈਪਟਨ ਸੰਦੀਪ ਸੰਧੂ, ਉਹਦੇ ਬਾਰੇ ਜ਼ਿਕਰ ਕਰਦੇ ਹਾਂ, ਕਿਹਾ ਕਿ ਉਹਨਾਂ ਨੇ ਇੱਕ ਤਾਂ ਪੈਰਾਸ਼ੂਟ ਰਾਹੀਂ ਲਿਆਂਦਾ, ਦੂਸਰਾ ਉਹ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਦੇ ਵਿੱਚ ਲਿਖ ਸੀ। ਪੈਰਾਸ਼ੂਟ ਰਾਹੀਂ ਲਿਆਂਦਾ ਕਿਉਂ? ਕਿਉਂਕਿ ਪੂਰੇ ਪੰਜਾਬ ਦੇ ਵਿੱਚ ਰੇਤ ਚੋਰੀ ਦਾ ਹਿਸਾਬ ਕਿਤਾਬ ਰੱਖਦਾ, ਕਿਹੜੇ ਜ਼ਿਲ੍ਹੇ 'ਚ ਕਿਹੜੀ ਖੱਡ ਦੀ ਕਿੰਨੀ ਰੇਤ ਚੋਰੀ ਹੈ। ਮੈਂ ਹੁਣ ਨਹੀਂ ਕਹਿ ਰਿਹਾ ਗੱਲ, ਜੇ ਮੈਂ ਹੁਣ ਕਹਿੰਦਾ ਹੋ ਸਕਦਾ ਤੁਸੀਂ ਵੀ ਸੋਚਦੇ ਵੀ ਵੋਟਾਂ ਹੈਗੀਆਂ ਉਹ ਕਾਂਗਰਸ ਦਾ ਕੈਂਡੀਡੇਟ ਹੈ ਇਸ ਲਈ ਬੈਂਸ ਬੋਲਦਾ। ਤੁਸੀਂ ਐਮ ਪੀ ਇਲੈਕਸ਼ਨ ਤੋਂ ਵੀ 1.5 ਮਹੀਨਾ ਪਹਿਲਾਂ ਦੀ ਫੁਟੇਜ ਕੱਢ ਕੇ ਦੇਖਿਓ, ਮੈਂ ਉਦਣ ਪ੍ਰੈਸ ਸੱਦ ਕੇ ਇਹ ਗੱਲ ਕੀਤੀ ਸੀ ਵੀ ਇਹ ਸਾਰੀ ਰੇਤ ਚੋਰੀ ਇੱਕ ਪਿੰਡ ਦੇ ਅੰਦਰ, ਗੋਰਸੀਆਂ ਖਾਨ ਮੁਹੰਮਦ ਸਿਦਮਾ ਵੇਟ ਸਬ ਡਿਵੀਜ਼ਨ ਦਾ ਪਿੰਡ ਕੈਪਟਨ ਸੰਦੀਪ ਸੰਧੂ, ਇੱਕ ਦਿਨ ਦੇ ਵਿੱਚ 90 ਤੋਂ 95 ਲੱਖ ਦਾ ਰੇਤ ਚੋਰੀ। ਤਾਂ ਬਾਅਦ 'ਚ ਜਦੋਂ ਸਾਰਾ ਸਰਵੇ ਤਹਿਕੀਕਾਤ ਕੀਤੀ ਅਤੇ ਉਹ ਸਾਰੀਆਂ ਖੱਡਾਂ ਦੇ ਉੱਤੇ ਰਲਾ ਮਿਲਾ ਕੇ ਕੁਰਸੀ ਨਾਵਾਂ ਸੰਦੀਪ ਸੰਧੂ 'ਤੇ ਜਾ ਲੱਗਦਾ ਸੀ। ਇਹ ਗੱਲਾਂ ਪੁਖਤਾ ਸਬੂਤ ਪਰੂਫ ਦੇ ਨਾਲ ਉਹਨੂੰ ਅਵਾਰਡ ਦੇਣ ਲਈ, ਇਨਾਮ ਦੇਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਦਾਖਾ ਹਲਕੇ ਦੇ ਵਿੱਚ ਲੋਕਲ ਲੀਡਰਸ਼ਿਪ ਕਾਂਗਰਸ ਦੀ ਉਹ ਫਾਇਰ ਟੰਗ ਦਿੱਤੀ ਵੀ ਜਾਓ ਤੁਸੀਂ। ਮੈਨੂੰ ਤਾਂ ਜਿਹੜੇ ਅਰਬਾਂ ਖਰਬਾਂ ਦੀ ਸਾਲਾਨਾ ਰੇਤ ਚੋਰੀ ਵਾਲੇ ਹਿਸਾਬ ਕਿਤਾਬ ਰੱਖਣ ਵਾਲੇ ਲੋਕ ਮੈਨੂੰ ਤਾਂ ਉਹ ਚਾਹੀਦੇ। ਅਤੇ ਵੋਟਰ ਬੜਾ ਗੁੱਸੇ ਦੇ ਵਿੱਚ ਆ ਕਾਂਗਰਸ ਦਾ ਵੋਟਰ, ਐਂਡ ਉਹ ਐਪਰੀਸ਼ੀਏਟ ਕਿਹਨੂੰ ਕਰਦਾ? ਉਹ ਲੋਕ ਇਨਸਾਫ ਪਾਰਟੀ ਦੇ ਵਰਕ ਨੂੰ ਐਪਰੀਸ਼ੀਏਟ ਕਰਦਾ। ਲੋਕ ਇਨਸਾਫ ਪਾਰਟੀ ਦੇ ਇਸ ਵੱਲ ਮੁੱਦੇ ਕਿਹੜੇ ਹੋਣਗੇ ਨਾ ਜਿੰਨੀ ਚੋਣਾਂ ਦੇ ਵਿੱਚ? ਮੁੱਦਾ ਹੱਲ ਕਿਹੜਾ ਹੋਇਆ 2017 ਤੋਂ ਹੁਣ ਤੱਕ? ਸਾਰੇ ਮੁੱਦੇ, ਚਾਹੇ ਬੇਰੁਜ਼ਗਾਰੀ, ਕਿਸਾਨਾਂ ਦੀ ਆਤਮ ਹੱਤਿਆਵਾਂ, ਨਸ਼ਾ,
ਗੁਰੂ ਗ੍ਰੰਥ ਸਾਹਿਬ ਅਪਮਾਨ ਕਾਂਡ ਕੋਈ ਮੁੱਦਾ ਹੱਲ ਹੋਇਆ ਹੋਵੇ ਤਾਂ ਅਸੀਂ ਛੱਡ ਦਿੰਦੇ ਹਾਂ। ਤਾਂ ਇਹ ਸਾਰੇ ਮੁੱਦੇ ਫੇਲੀਅਰ ਆਫ ਕਾਂਗਰਸ ਗੌਰਮੈਂਟ, ਲੋਅ ਐਂਡ ਆਰਡਰ ਖਿੱਲੀ ਖਿੱਲੀ ਹੋਇਆ ਪਿਆ। ਕਿੱਥੇ ਹੈਗਾ ਲੋਅ ਐਂਡ ਆਰਡਰ? ਅਫਸਰਸ਼ਾਹੀ ਲੋਕਾਂ ਨੂੰ ਬੇਇੱਜ਼ਤ ਕਰਕੇ ਲੁੱਟ ਰਹੀ ਹੈ। ਕਿੱਥੇ ਆ 0% ਟੋਲਰੈਂਸ ਔਨ ਕਰਪਸ਼ਨ? ਇਹ ਸਾਰੇ ਮੁੱਦੇ ਲੋਕਾਂ ਦੀ ਕੈਰੀ 'ਚ ਲੈ ਕੇ ਆਮ ਆਦਮੀ। ਅੱਛਾ, ਜਾਂਦੇ ਜਾਂਦੇ ਆਪਾਂ ਇੱਕ ਗੱਲ ਹੋਰ ਕਰਨੀ ਹੈ ਕਿ ਜਿਸ ਤਰੀਕੇ ਨਾਲ ਸਿੱਟ ਬਣੀ ਸੀ ਬੇਅਦਬੀ ਮਾਮਲਿਆਂ ਦੇ ਵਿੱਚ, CBI ਨੇ ਕਲੋਜ਼ਰ ਰਿਪੋਰਟ ਦਿੱਤੀ ਸੀ, ਦੁਬਾਰਾ ਕਲੋਜ਼ਰ ਰਿਪੋਰਟ ਵਾਪਸ ਲੈਣ ਲਈ ਅਰਜ਼ੀ ਦਿੱਤੀ, ਤਾਂ ਹੁਣ ਪਤਾ ਲੱਗਾ ਕਿ ਇੱਕ ਸਿੱਟ CBI ਵੱਖਰੀ ਬਣਾ ਰਹੀ ਹੈ ਅਤੇ ਜਿਹੜੇ ਸ਼ਿਕਾਇਤ ਕਰਤਾ ਉਹ ਕਹਿ ਰਹੇ ਆ ਕਿ ਨਹੀਂ, ਅਸੀਂ CBI ਤੋਂ ਜਾਂਚ ਨਹੀਂ ਚਾਹੁੰਦੇ, ਪੰਜਾਬ ਪੁਲਿਸ ਨੂੰ ਜਾਂਚ ਦੇ ਦਿਓ। ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇਖ, ਫਿਰ ਉਦੋਂ ਬਾਅਦ 'ਚ ਚੱਕ ਕੇ CBI ਨੂੰ, ਫਿਰ ਇੱਕ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਵਾਪਸ CBI ਤੋਂ, ਫਿਰ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ, ਹੁਣ ਇੱਕ ਹੋਰ ਸਿੱਟ। ਇਹ ਜਿੰਨੀਆਂ ਸਿੱਟਾਂ ਬਣ ਚੁੱਕੀਆਂ ਨੇ ਇਹਨਾਂ ਦਾ ਜਿਹੜਾ ਨਤੀਜਾ ਸਿੱਟਾ ਉਹ ਆਪਸ ਦੇ ਵਿੱਚ ਕੰਟਰਾਡਿਕਟ ਹੈ। ਕੰਟਰਾਡਿਕਸ਼ਨ, ਚਾਰ ਕਮਿਸ਼ਨ ਬਣ ਗਏ, ਸਿੱਟ ਬਣ ਗਏ ਚਾਰ, ਉਹਨਾਂ ਦੇ ਨਤੀਜੇ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ, ਕੇਸ ਕਮਜ਼ੋਰ ਹੋ ਗਿਆ, ਅਦਾਲਤ ਦੇ ਵਿੱਚ ਜਾ ਕੇ ਕੇਸ ਖੜ੍ਹੇ ਨਾ, ਬਾਦਲਾਂ ਦੇ ਪੈਰਾਂ ਨੂੰ ਸੇਕ ਨਾ ਲੱਗੇ। ਇਸ ਵਾਸਤੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਔਰ ਉਹਨਾਂ ਦੀਆਂ ਰਿਪੋਰਟਾਂ ਆਪਸ ਦੇ ਵਿੱਚ ਵਿਰੋਧ ਕਰਨੀਆਂ ਪਈਆਂ ਕੇਸ ਨੂੰ ਕਮਜ਼ੋਰ ਕਰਨ ਲਈ ਅਤੇ ਬਾਦਲਾਂ ਨੂੰ ਬਚਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਤਰੀਕਾ। ਅਤੇ ਆਮ ਆਦਮੀ ਪਾਰਟੀ ਤੁਹਾਡੇ ਪੁਰਾਣੇ ਦੋਸਤ ਨੇ ਅਤੇ ਉਹਨਾਂ ਨੇ ਵੀ ਆਪਣੇ ਚਾਰ ਉਮੀਦਵਾਰ ਐਲਾਨ ਦਿੱਤੇ ਆ, ਲੱਗਦਾ ਕਿ ਆਮ ਆਦਮੀ ਪਾਰਟੀ ਦਾ ਹੁਣ ਆਧਾਰ ਹੈਗਾ ਆ ਜਾਂ ਸਿਰਫ ਇਹ ਇੱਕ ਹਾਜ਼ਰੀ ਲਵਾਉਣ ਲਈ ਚੋਣ ਲੜੀ ਜਾ ਰਹੀ ਉਹਨਾਂ ਵੱਲੋਂ? ਜਿਹੜਾ ਤੁਸੀਂ ਹਾਜ਼ਰੀ ਵਾਲਾ ਸ਼ਬਦ ਵਰਤਿਆ ਬਿਲਕੁਲ ਸਹੀ ਹੈ। ਭਗਵੰਤ ਮਾਨ ਦੀ ਜਿੱਤ ਆਮ ਆਦਮੀ ਪਾਰਟੀ ਦੀ ਇੰਡੀਵਿਜੁਅਲ ਹੈ, ਉਹਨੂੰ ਕਿਸੇ ਪੈਰਾਮੀਟਰ ਆਮ ਆਦਮੀ ਪਾਰਟੀ ਨਾਲ ਮੈਚ ਨਾ ਕਰੋ। ਇਹ ਜਿਹੜਾ ਖਾਨਾਪੁਰੀ ਲਈ ਚਾਰ ਕੈਂਡੀਡੇਟ ਰਿਜ਼ਲਟ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ, ਪੰਜਾਬ ਦੇ ਅੰਦਰ ਉਹਨਾਂ ਦਾ ਬਈ ਖਾਤਾ ਬੰਦ ਹੋ ਗਿਆ। ਬਹੁਤ ਬਹੁਤ ਸ਼ੁਕਰੀਆ।